ਪਾਸੇ ਬਜ਼ੁਰਗਾਂ ਸੁਲਤਾਨਾਂ ਦੀਆਂ ਔਲਾਦ ਵੱਡਾ ਬੇਰਾ ਏ ਕੋਈ ਦਿਆਂ ਤਾਂ ਦੇਰ ਨਹੀਂ ਰੋਜ਼ਮਰ੍ਹਾ ਦੀ ਗੱਲ ਏ ਅੱਲਾ ਨਾ ਕਰੇ ਕਹਿੰ ਦੀ ਧੀ ਮਰ ਵੀ ਮੈਂ ਸਦਕੇ ਤੀ ਵਾਂ ਮੇਰੀ ਆਪਣੀ ਇੱਕ ਧੀ ਏ ਲਾਲਾ ਦੀ ਇੱਕ ਪੁੱਤਰ ਏ ਝੂਠ ਬੋਲਾਂ ਮੇਰੀ ਨਸਲ ਮੁੱਕ ਵੰਨੇ ਤੂੰ ਹਾਏ ਨਾ ਕਰੇ ਤੇਰੇ ਮੁਕੱਦਰ ਨਸੀਬ ਦੀ ਗੱਲ ਏ ਮਾਫ਼ੀ ਮੰਗੇ ਅਲੀ ਦੀ ਧੀ ਕੋਲ ਸੱਚ ਦੀ ਮੈਂ ਕਹੇ ਅੱਲਾ ਨਾ ਕਰੇ ਕਹੀਂ ਸ਼ਰੀਫ ਦੀ ਧੀ ਮਰ ਵੰਨੇ ਕਹਿ ਮੇਰਾ ਦੀ ਭੈਣ ਮਰ ਵੰਨੇ ਕਹਿ ਪੁੱਤਰ ਦੀ ਮਾਂ ਮਰ ਵੰਨੇ ਐਲਾਨ ਹੋ ਸੀ ਫਲਾਂ ਦੀ ਭੈਣ ਫਲਾਂ ਦੀ ਮਾਂ ਫਲਾਂ ਦੀ ਧੀ ਮਰ ਗਈ ਏ ਜਨਾਜ਼ਾ ਹੀ ਟਾਈਮ ਹੋ ਸੀ ਸਰ ਚਾ ਲੇਖ ਮੇਰੇ ਪਾਸੇ ਬੰਦਾ ਕਿਹੜਾ ਜਿਹੜਾ ਤੇ ਮੰਜਲੇ ਸੀ ਜਾਣਾ ਮੈਂ ਕੋ ਹੰਜ ਨਹੀਂ ਆਉਂਦੀ ਤੜਪੀਏ ਮੁਹੰਮਦ ਦੀ ਧੀ ਨੂੰ ਹੱਥ ਬਣ ਕੇ ਦੀਆ ਨੀ ਮਿੰਨਤ ਰਾਵੇ ਮੇਰੇ ਜਨਾਜ਼ੇ ਦਾ ਇਲਾਨ ਨਾ ਕਰਾਵੇ ਤੇਰੀ ਮਰਜ਼ੀ ਯਾਰ ਤੇਰੀ ਮਰਜ਼ੀ ਯਾਰ ਯਾਦਗਾਰ ਮੁਹੰਮਦ ਕੋਈ ਆਮ ਫਰ ਦੁਨੀਆ ਤੋਂ ਚੁਰੋ ਨਹੀਂ ਹੋਵੇ ਜਨਾਜ਼ੇ ਦਾ ਐਲਾਨ ਕਰਾਇਆ ਹੋਇਆ ਹੈ ਮੁਹੰਮਦ ਦੀ ਧੀ ਹੈ ਦੁਨੀਆ ਛੁੜੇ ਨਹੀਂ ਪਈ ਤੇਰੇ ਜਨਾਜ਼ੇ ਦਾ ਐਲਾਨ ਕਿਉਂ ਨਾ ਕਰਾਵਾਂ ਬੀਬੀ ਅਜੇ ਮੇਰੇ ਜਨਾਜ਼ੇ ਦਾ ਐਲਾਨ ਨਾ ਕਰਾਵੇ ਮੈਂ ਨਾ ਚਾਹੁੰਦੀ ਉਹ ਮੇਰੇ ਜਨਾਜ਼ੇ ਚਾਹੇ ਨਾ ਧੀਆਂ ਦੇ ਸਾਹਮਣੇ ਮੈਨੂੰ ਦਿੰਦਾ ਕੋਸ਼ਿਸ਼ ਕਰ ਛੋੜ ਯਾਰ ਜ਼ਿੰਦਗੀ ਦਾ ਨਹੀਂ ਪਤਾ ਸਦਕੇ ਤੀ ਪਵਾਂ ਬਿਸਮਿਲਲਾ ਕਰਾ ਜਿਹਨਾਂ ਦਈਆਂ ਦੇ ਸਾਹਮਣੇ ਮੈਂ ਝਿਣਕਾ ਹੈ ਚਲੋ ਆਪਣੇ ਬਾਬੇ ਦੇ ਜੁਮਲੇ ਯਾਦ ਆ ਗਏ ਗਿਰੀਆ ਵੱਧ ਵੈ ਸੀ ਅਧੀਆ ਅਲੀ ਜੀ ਮੁਹੰਮਦ ਦੀ ਬੀਬੀ ਅਧੀਆ ਅਲੀ ਮੇਰੇ ਜਨਾਜ਼ੇ ਦਾ ਐਲਾਨ ਨਾ ਕਰਾਵੇਂ ਮੈਂ ਨਾ ਚਾਹੁੰਦੀ ਉਹ ਮੇਰੇ ਜਨਾਜ਼ੇ ਚਾਵੇ ਨਾ ਜਿਹੜੇ ਮੇਰੇ ਬਾਬੇ ਦੇ ਜਨਾਜ਼ੇ ਚ ਨਾ ਆਏ ਹਾਏ ਹਾਏ ਖਤਮ ਬਾਈ ਢੇਰ ਪੜ ਗਈਆਂ ਨੌਕਰੀ ਤਮਾਮ ਜਿਸ ਬੰਦੇ ਦੀ ਧੀ ਏ ਮੇਰੇ ਪਾਸ ਲਿਖ ਉਸਤਾਦ ਉਹਨਾਂ ਦੇ ਜੁਮਲੇ ਪੀਆ ਪੜ੍ਹਦਾ ਕਰਵਟ ਕਰਵਟ ਜੰਨਤ ਨਸੀਬ ਹੋਵੇ ਦਾਦਾ ਉਸਤਾਦ ਮੌਲਵੀ ਮੁਰੀਦ ਅਬਾਸ ਲੰਗਾ ਸਾਹਿਬ ਸਖਤ ਮੈਂ ਪੜ੍ਹਨਾ ਹੀ ਨਹੀਂ ਜ਼ਰੂਰੀ ਨਹੀਂ ਮੈਨੇ ਦੇ ਤਮਾਚੇ ਪੜ੍ਹਾਂ ਤਾਂ ਦਰੋਸੇ ਮੁੱਕਦਾ ਵੈਂਦਾ ਅੱਧਾ ਵੀ ਥਾਂ ਕੋਸ਼ਿਸ਼ ਕੀਤੀ ਕਰ ਮੈਂਬਰਾਂ 'ਤੇ ਅਦਬ ਸੋਣਾ ਕਰ ਏਡੇ ਗਰੀਬ ਨਾ ਹੈ ਨਿਤਨਾ ਹੀ ਨਾ ਛੋੜੇ ਉਮਤ ਗਰੀਬ ਖਰ ਛੋੜਾ ਹੀ ਹੁਸੈਨ ਅਜੀ ਅਮੀਰ ਏ ਹੁਸੈਨ ਅਜੀ ਜ਼ਿੰਦਾਬਾਦ ਕਿਆਮਤ ਤੱਕ ਹੁਸੈਨ ਜ਼ਿੰਦਾਬਾਦ ਰਹਿਣਾ ਹੈ ਇਹਦੇ ਗਰੀਬ ਨਾ ਹੈ ਉਸਤਾਦ ਉਹਨਾਂ ਦੇ ਦਰਜਾਤ ਬੁਲੰਦ ਹੋਵੇ ਨੂੰ ਪੜ੍ਹਦੇ ਰਹਿੰਦੇ ਹਨ ਮੰਗੀ ਕਰ ਦੁਆ ਸ਼ਾਲਾ ਜਿਹੜੇ ਘਰ ਵਸਦੇ ਹਨ ਉਹ ਵਸਦੇ ਰਹੋਏ ਆਏ ਵੱਧ ਦੁਆ ਮੰਗਦੇ ਰਹਿੰਦੇ ਹਨ ਮੋਮਨੋ ਮੰਗੀ ਕਰੋ ਦੁਆ ਪਰ ਤਕਦੀਰ ਦੇ ਵਸਦੇ ਘਰ ਉਜੜਵੇਂਦੇ ਰਹਿੰਦੇ ਹਨ ਸ਼ਾਲਾ ਸ਼ਰੀਫਾਂ ਕੋ ਮੰਗਣ ਦਾ ਰਾਹ ਆਉਂਦਾ ਹੋਵੇ ਸਦਕੇ ਬਾਈ ਸਦਕੇ ਪੜ੍ਹਦੇ ਰਹਿੰਦੇ ਹਨ ਅੱਲਾ ਜਾਣੇ ਕਿਹੜੀ ਮਜਬੂਰੀ ਆਈ ਅੱਲਾ ਜਾਣੇ ਕਿਹੜੀ ਮਜਬੂਰੀ ਆਈ ਮੁਹੰਮਦ ਦੀ ਦੀ ਸਜਾਤ ਸੱਜੇ ਪਾਸੇ 'ਤੇ ਰੱਖਦੀ ਆਈ ਨਹੀਂ ਤੇਰੀ ਸਮਝ 'ਚ ਨਹੀਂ ਆਇਆ ਸਜਾਤ ਸੱਜੇ ਪਾਸੇ 'ਤੇ ਰੱਖਦੀ ਆਈ ਉਸਤਾਦ ਨਾਲ ਪੜ੍ਹਦੇ ਰਹਿੰਦੇ ਹਨ ਖੱਬਾਹਾਤ ਸੱਜੇ ਹੱਥ ਦੇ ਉੱਤੇ ਰੱਖਦੀ ਆਈ ਪੜ੍ਹਦੇ ਰਹਿੰਦੇ ਹਨ ਸਾਰੀਆਂ ਵਸੀਅਤਾਂ ਬਹਿ ਕੇ ਕੀਤੀਆਂ ਜਿਹੜੀ ਇਹ ਵਸੀਅਤ ਏ ਤੁਣ ਜਿਹੜੀ ਔਖੀ ਥਈ ਏ ਉੱਠੀ ਖੜੀ ਏ ਦੋਵੇਂ ਹੱਥ ਜੋੜੇ ਚਲੇ ਕਦੀ ਆਈ ਮਿਹਨਤ ਰਾਵੇਂ ਮੇਰੇ ਬਾਦ ਦੀ ਘਰ ਥੋੜਾ ਆਵੇ ਆਏ ਸੈਯਦ ਅਲੀ ਮੁਹੰਮਦ ਦੀ ਖਾਲੀ ਮੈਂ ਮਨ ਮੈਂ ਕੋ ਫੈ ਕਰੇ ਦਿਓ ਬੀਬੀ ਅਜੇ ਆਂਦੇ ਹੋ
ਕਣ ਦਾ ਓਲਾ ਕਰ ਵੇਂਦੀਏ ਯਾਰੀ ਤੂੰ ਸਾਹਮਣੇ ਮੈਂ ਹੋਣਾ ਕੋਈ ਨਹੀਂ ਮੇਰੀ ਧੀ ਨੂੰ ਸ਼ਰਮ ਬਵਾਉਂਦਾ ਓਏ ਪਹਾੜ ਦਾ ਦਾਦਾਰ ਮੈਂ ਤੇਰੇ ਤੇ ਸਵਾਲ ਕਰੇ ਨਾ ਜਿਹੜੀ ਆਪਣੀ ਪਾਖ ਹਵੇਲੀ ਹੈ ਚਾਚਾ 5 ਸਾਲ ਦੀ ਉਮਰ ਅਲੀ ਜੇ ਬਾਬੇ ਦੇ ਸਾਹਮਣੇ ਨਹੀਂ ਆਉਂਦੀ ਜਵਾਨੀ ਮਾਣੇ ਘੇਲਾ ਕੁਰਾਨ ਮੈਂ ਸ਼ਰਤ ਰੱਖ ਲੈਣਾ ਉਹ ਬੀਬੀ ਆਈ 90,000 ਬਦਮਾਸ਼ਾ ਰਿਦਾ ਕੋਈ ਨਾ ਆਈ ਕੋਸ਼ਿਸ਼ ਕਰ ਯਾਰ ਮਤਾ ਹੈ ਇੱਥੇ ਨਹੀਂ ਹੋਵੇ ਬਿਸਮਿਲਲਾ ਬਿਸਮਿਲਲਾ ਯਾ ਅਲੀ ਮਜਲਿਸ ਹੋ ਨਹੀਂ ਗਈ ਬਾਬਾ ਜੀ ਯਾਦਗਾਰ ਮੁਹੰਮਦ ਜਾਂਦੀ ਛੋਟੀ ਔਲਾਦ ਦੇ ਮਰੂ ਦੇਖੇ ਯਾ ਅਲੀ ਮਿੰਨਤ ਲਾਵੇਂ ਹਰ ਰਾਤ ਮੇਰੀ ਸਾਰੀ ਔਲਾਦ ਮੇਰੀ ਕਬਰ 'ਤੇ ਘਿਲਾਵੇਂ ਯਾ ਅਲੀ ਹਸਨ ਅਮੀਰੇ ਆਵੇ ਨਾਵੇਂ ਉਹਦੀ ਮਰਜ਼ੀ ਧੀਆਂ ਪਰਦੇਦਾਰ ਨੇ ਬੀਵੀਆਂ ਦੇ ਹੁਸੈਨ ਬਗੈਰ ਮੇਰੀ ਨਿਭਦੀ ਨਹੀਂ ਸਦਕੇ 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 ਹੁਸੈਨ ਬਗੈਰ ਮੇਰੀ ਨਿਭਦੀ ਨਹੀਂ ਵਲ ਮਗਜ਼ੋਂ ਬੱਚ ਜਹਰਨ ਮਹੀਵਿਆਂ ਦਾ ਰਾਂਗਾ ਜਲੰਧੀ ਲੁੱਟੀ ਆਏ ਚਿੱਟਾ ਨਹੀਂ ਆਈ ਸੈਦ ਦਿਲ ਨਿਸ਼ਾਇਲ ਆਲਮੀਨ ਸਹਿਣ ਦੀ ਜ਼ਾਤ 'ਤੇ ਅੱਖਾਂ ਬੰਦ ਕਰਕੇ ਸਲਵਾਤ ਹੁਣ ਥੋੜ੍ਹਾ ਆਵਾਜ਼ ਖੋਲੇ ਬਾਬਾ ਆਈਆਂ ਚਹਿਲਮ ਕਰਨ ਭਿਰਾਵਾਂ ਦਾ ਇੱਕ ਸੱਤਰ ਤ੍ਰਾਏ ਨਿਭਾ ਕੇ ਰੋਣ ਲਾਉਂਦੀਆਂ ਲੱਥੀਆਂ ਮਾਮਲਾ ਤੋਂ ਅਖਬਾਰ ਦੇ ਸ਼ਹਾਰੇ ਛੁੱਟ ਗਈਆਂ ਕੈਦਾਂ ਨਹੀਂ ਤੇਰੀ ਸਮਝ 'ਚ ਨਹੀਂ ਆਇਆ ਮੈਂ ਆਖਿਆ ਛੁੱਟ ਗਈਆਂ ਕੈਦਾਂ ਮਿਲ ਗਏ ਤ੍ਰੈ ਮਾਮਲ ਆਖੜੇ ਸ਼ਾਮ ਦੇ ਬਾਹਰੋਂ ਮਾਂ ਦੇ ਮਾਮਲ ਦੇ ਪਸਨੇ ਕਹਦੇ ਅੰਮਾ ਰਾਲੂ ਪਵੇਂਦੇ ਸਿੱਧਾ ਮਦੀਨੇ ਵੀ ਕਰਬਲਾ ਤੂੰ ਮਦੀਨੇ ਕਹਿੰਦੀ ਹਾਏ ਚਾਹੀਏ ਤਰੀ ਦੇ ਮਾਮਲੇ ਜਗ ਬੀਬੀ ਬੈਠੀ ਆਈ ਉੱਚਾ ਵੈਣ ਕਰਕੇ ਆਉਂਦੀ ਸਜਾਦ ਕੋਈ ਅਦੀਆਂ ਰਾਹ ਕੋਈ ਨਹੀਂ ਜਿਹੜਾ ਮੇਰੀ ਧੀ ਦੀ ਕਬਰ ਵਹਿੰਦਾ ਹੋਏ ਸਦਕੇ 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 ਬੀਬੀਆਂ ਦੀ ਉਵੇਂ ਕਾਟ ਜਿਵੇਂ ਅਲੀ ਅਸਗਰ ਦੀ ਮਾਂ ਆਖਦੀ ਆਈ ਜਿਹੜੇ ਸ਼ਾਮ ਦੇ ਦਵਾਰ ਬੈਠੇ ਹੋ ਮੇਰੀ ਗਵਾਈ ਨਿਵਾਏ ਜਿਹੜੇ ਨਿਵੇ ਗਏ ਝੋਲੀ ਚਾ ਕੇ ਦਵਾਏ ਵੀ 20 ਸਾਲ ਤੱਕ ਸੱਦੇ ਇਵੇਂ ਨਾ ਮੰਨੇ ਇਤਨਾ ਰੇਜ ਕਲੀ ਤਾਂ ਬਚੜਾ ਤੋਂ ਕੁਲੇਵੇ ਧੀਆਂ ਭੈਣਾਂ ਨਾਲ ਰਲਾ ਕੇ ਮੰਨੇ ਝਿੱਕੀ ਜਾ ਤੇ ਕਬਰ ਹੈ ਹੁਸੈਨ ਦੀ ਧੀ ਦੀ ਤਕਰੀਬਨ 9 ਪੌੜੀਆਂ ਝਿੱਕੀ ਕਬਰ ਹੈ ਮਾਮਲ ਚੁਰ ਪਏ ਪੜਨ ਵਾਲੇ ਪੜ ਵੈਂਦੇ ਜੋ ਇਵੇਂ ਲੱਥੀ ਜਿਵੇਂ ਖਾਸੀ ਲੱਥਾ ਆਈ
میں تیرے تے سوال کریں نا غازی شاہ سوار ہیں دندے والے غازی چڑھنا بھی جاندا لانا بھی جاندا جیندا میں ذکر کھڑا کریں دا غازی دیڑا وا کھڑا چڑھیا ہے تیرا لتھیا خوش سر چھوڑ یار ہے سر چھوڑ بزرگاں دے لفظ یاد آ گئے درجات بلند ہوئے خان حافظ محمد علی خان مرحوم دے پڑھتے رہتے ہیں ابو تراب دیا نواں تے دھیاں ابو تراب دیا نواں دھیاں پہاڑ والے میں تراب دے پاس نٹھا ہے زمین اتنی بلند تھئی ہے اٹھ دے قد دے برابر آ تھئی ہے زمین چوبا دے ہن سوکی دیگ لہیا آرے ہن لہیا لہ پئیاں ڈھیر سارا لمبا مضمون ہے ایک وینی کرنا ہے ختم کیتی کھڑا ساری بیبیاں آئی ہیں رات رون والا امام ہی آئے بزرگ بہن دی قبر تے سجات رکھ کے نت پوچھدیاں میں دے بر کدا لا سین باقر دا بابا دے کڑیاں لے گئی ہیں میں وطن والا ویلا مزار ہل گئی ہے ویل کر کے دی باقر دی حیاتی ہوئی وہ کند کی تیری بازارا دے تے تجا وقت امن میں چلن ہے پیا وطن میں نہیں تونے ہر تا کر تبدیل ہجو گیا ماشاءاللہ جزاکم اللہ جناب سید عامر عباس ربانی بہت ہی آسن انداز میں اپنی جدہ کے حضور پرسہ پیش کیا. میری دعا ہے مالک خالق نے صحت و سلامتی عطا فرما. 29-30 سفر باواں کامیاب دو روزہ بہت بڑی سالانہ مجلس اعضا ملک کے نامور علماء و ذاکرین 30 سفر کو اور 29 سفر کو سارا دن ملک کی نامور ماتمی سنگتیں جناب سیدہ کے حضور پرسہ پیش کریں گی. تمام مومنین سے گزارش ہے کہ ان پاک مجالس میں شرکت کریں اور